ਹੈਲੋ एवरीवन ਆਈ ਵੈਲਕਮ ਯੂ ਆਲ ਟੂ ਲਾਂਚ ਫਾਰ ਐਜੂਕੇਸ਼ਨ ਪੰਜਾਬ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਟੂ ਦ ਇੰਪੋਰਟੈਂਟ ਸੈਸ਼ਨ ਫਾਰ ਦ ਡੇ ਐਸ ਯੂ ਆਲ نو ਚੈਨਲ ਦੇ ਉੱਤੇ ਅਸੀਂ ਡਿਫਰੈਂਟ ਮੌਕ ਟੈਸਟ ਜਿਹੜੇ ਹੈ ਸੋਲਵ ਕਰ ਰਹੇ ਹਾਂ ਤੁਸੀਂ ਸਾਰੇ ਡਿਫਰੈਂਟ ਟੀਚਰਸ ਦੇ ਨਾਲ ਸੋ ਦਿਸ ਇਜ਼ ਗੋਇੰਗ ਟੂ ਬੀ ਅਨਦਰ ਮੌਕ ਟੈਸਟ ਆਫ ਰਿਵੀਜ਼ਨ ਐਸ ਵੈਲ ਐਸ ਕੁਝ ਮੋਡਰੇਟ ਟੂ ਈਜ਼ੀ ਟੂ ਟਫ ਕੁਐਸਚਨ ਜਿਹੜੇ ਹੈ ਅੱਜ ਦੇ ਸੈਸ਼ਨ ਦੇ ਵਿੱਚ ਰਹਿਣਗੇ ਸੋ ਮੇਕ ਸ਼ੋਰ ਕਿ ਤੁਸੀਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਂਦੇ ਹੋ ਐਂਡ ਮੇਕ ਸ਼ੋਰ ਕਿ ਤੁਸੀਂ ਜਿੰਨੀ ਆਉਣ ਵਾਲੀ ਵੀਡੀਓਜ਼ ਹੈ ਇੰਪੋਰਟੈਂਟ ਜਿੰਨੇ ਵੀ ਕੰਟੈਂਟ ਹੈ ਪੰਜਾਬੀ ਦੇ ਨਾਲ ਰਿਲੇਟਡ ਹੈ ਪੰਜਾਬ ਪਟਵਾਰੀ ਦੇ ਨਾਲ ਐਗਰੀਕਲਚਰਲ ਰਿਲੇਟਡ ਟੌਪਿਕਸ ਹੈ ਉਹ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਫੋਲੋ ਕਰ ਰਹੇ ਹੋ ਤਾਂ ਕਿ ਤੁਹਾਡੀ ਪੂਰੀ ਪ੍ਰੈਪਰੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਜਿਹੜੀ ਹੈ ਉਹ ਨਾ ਰਹੇ ਸੋ ਲਾਂਚਬੱਡ ਐਜੂਕੇਸ਼ਨ 100% ਜਿਹੜਾ ਹੈ ਜਿੰਨਾ ਵੀ ਸਿਲੇਬਸ ਰਿਕੁਆਇਰਡ ਹੈ ਡਿਫਰੈਂਟ ਐਗਜ਼ਾਮਸ ਦਾ ਉਹਨੂੰ ਬਹੁਤ ਡਿਲੀਜੈਂਟਲੀ ਕਵਰ ਕਰ ਰਿਹਾ ਹੈ ਆਪਣੀ ਪਲੇਲਿਸਟ ਦੇ ਅੰਦਰ ਸੋ ਮੇਕ ਸ਼ੋਰ ਕਿ ਤੁਸੀਂ ਪਲੇਲਿਸਟ ਜਿਹੜੀ ਹੈ ਉਹਨੂੰ ਚੈੱਕ ਕਰਦੇ ਹੋ ਪੰਜਾਬੀ ਦੇ ਸੈਸ਼ਨਸ ਚੱਲ ਰਹੇ ਨੇ ਐਗਰੀਕਲਚਰ ਫॉर ਪਟਵਾਰੀ ਦੇ ਸੈਸ਼ਨਸ ਚੱਲ ਰਹੇ ਨੇ ਸੋ ਸਾਰੇ ਸੈਸ਼ਨਸ ਜਿਹੜੇ ਹੈ ਉਹਨੂੰ ਤੁਸੀਂ ਬਹੁਤ ਡਿਲੀਜੈਂਟਲੀ ਫੋਲੋ ਕਰ ਰਹੇ ਹੋ ਸੋ ਥਿਸ ਇਸ ਗੋਇੰਗ ਟੂ ਬੀ ਅ ਮੌਕ ਟੈਸਟ ਮੌਕ ਟੈਸਟ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਇਨਫੋਰਮੇਸ਼ਨ ਦੇ ਦੇਆ ਅਬਾਊਟ ਫਰਸਟ ਪੰਜਾਬ ਕੋਰ ਬੈਚ ਜੋ ਕਿ ਮੋਸਟ ਇਕਨੋਮਿਕਲ ਤੇ ਪ੍ਰੈਸਟੀਜੀਅਸ ਬੈਚ ਹੈ ਰਾਈਟ ਨਾਓ ਇਹਦੇ ਵਾਸਤੇ ਅਗਰ ਤੁਸੀਂ 30% ਡਿਸਕਾਊਂਟ ਲੈਣਾ ਚਾਹੁੰਦੇ ਹੋ ਕੋਡ ਤੁਸੀਂ ਯੂਜ਼ ਕਰਨਾ ਹੈ ਜੀ ਐਲਪੀ ਨਿਕਤਾ ਠੀਕ ਹੈ ਐਂਡ ਤਨੂੰ ਐਲਪੀ ਨਿਕਤਾ ਲਗਾ ਕੇ 30% ਡਿਸਕਾਊਂਟ ਜਿਹੜਾ ਹੈ ਸਾਡੀ ਵੈਬਸਾਈਟ launchpadeducation.in ਤੇ ਜਾ ਕੇ ਮਿਲ ਜਾਏਗਾ ਨਾ ਵਾਟ ਇਜ਼ ਪੰਜਾਬ ਕੋਰ ਬੈਚ ਜੇ ਤੁਹਾਨੂੰ ਦਿਖਿਖ ਰਹੇ ਉਹਨਾਂ ਦੇ ਡਿਫਰੈਂਟ ਡਿਫਰੈਂਟ ਐਗਜ਼ਾਮਸ ਹੈ ਲੇਕਿਨ ਇਹ ਤੁਹਾਡਾ ਵਨ ਟਾਈਮ ਪਰਚੇਸ ਬੈਚ ਹੈ ਇੱਕ ਵਾਰ ਤੁਸੀਂ ਇਹਨੂੰ ਪਰਚੇਸ ਕਰੋਗੇ ਤਾਂ ਤੁਸੀਂ ਅਲਟੀਮੇਟਲੀ ਆਉਣ ਵਾਲੀ ਵੈਕੈਂਸੀਜ਼ ਦੀ ਪ੍ਰੈਪਰੇਸ਼ਨ ਜਿਵੇਂ ਕਿ ਪੰਜਾਬ ਪਟਵਾਰੀ ਹੋ ਗਿਆ ਪੰਜਾਬ ਪੁਲਿਸ ਹੋ ਗਿਆ ਅਲਟੀਮੇਟਲੀ ਉਹਦੇ ਵਾਸਤੇ ਐਲੀਜੀਬਲ ਹੋ ਜਾਓਗੇ ਵਿਦਆਊਟ ਪੇਇੰਗ ਐਨੀਥਿੰਗ ਐਕਸਟਰਾ ਸੋ ਇਹ ਵਨ ਟਾਈਮ ਪੇਮੈਂਟ ਵਾਲਾ ਆਪਣਾ ਬੈਚ ਹੈ ਦੈਨ ਐਨਸੀਆਰਟੀ ਦੀ ਕਲਾਸਿਸ ਮੰਡੇ ਟੂ ਫਰਡੇ 8 ਟੂ 9 ਪੀਐਮ YouTube ਤੇ ਫ੍ਰੀ ਆਫ ਕਾਸਟ ਜਿਹੜੀਆਂ ਹੈ ਉਹ ਫਲੈਸ਼ ਹੁੰਦੀਆਂ ਹੈ ਮੇਕ ਸ਼ੋਰ ਕਿ ਤੁਸੀਂ ਇਹਨਾਂ ਕਲਾਸਿਸ ਨੂੰ ਅਟੈਂਡ ਕਰਦੇ ਹੋ ਬਹੁਤ ਡਿਲੀਜੈਂਟਲੀ ਤਾਂ ਕਿ ਤੁਹਾਡੇ ਬੇਸਿਕਸ ਜਿਹੜੇ ਹੈ ਉਹ ਕਲੀਅਰ ਹੋ ਰਹੇ ਨੇ ਸਪੈਸ਼ਲੀ ਜੋ ਪੀਸੀਐਸ ਲਈ ਐਸਪਾਇਰਿੰਗ ਸਟੂਡੈਂਟਸ ਨੇ ਉਸ ਤੋਂ ਇਲਾਵਾ ਜੋ ਬੱਚੇ ਸੈਲਫ ਸਟੱਡੀ ਕਰ ਰਹੇ ਨੇ ਵੇਰੀਅਸ ਐਗਜ਼ਾਮਸ ਦੇ ਅੰਡਰ ਉਹ ਵੀ ਇਹ ਕਲਾਸਿਸ ਜਿਹੜੀਆਂ ਹੈ ਉਹਨੂੰ ਅਟੈਂਡ ਕਰ ਸਕਦੇ ਹੈ ਫਾਈਨ ਦੈਨ 10000 off launchpad education punjab is offering on the online as well as offline classes pcs diyan theek hai tusi demo classes jidiyan hai onu laga sakde ho taaki tonu pcs de vich discount mil jaye code jada tusi lagana hai ji that is lp nikita 10 ide vich space nahi deni website te ja ke theek hai otherwise further koi bhi queries hon definitely tusi sade numbers de utte official numbers de utte call kar sakde ho

फिलोसफी देखोजर इन्हों रहे हैं बहुत ईजी से सौखा क्वेश्चन है गो ऑन लैटअ सी कौन आंसर दिता है तो सैशन में थोड़ा जा इंटरैक्टिव बनाना है ठीक है सारे जने सैशन जागते रहन फाइन उस तो पहला सैशन शेयर कर दो ठीक so... okay. है सो फाइन ओके दीपक हैज गिवन द फस्ट आंसर कह रहे हैं कि यह जो है आंसर है ਨੋ ਇਹ கரெક્ટ ਨਹੀਂ ਹੈ ਮਹਾਰਸ਼ੀ ਵਿਆਸ ਜਿਹੜੇ ਨੇ ਵਿਦਾਂਤਾ ਦੇ ਕੰਪੋਜ਼ਰਸ ਨੇ ਕੰਪੋਜ਼ਰ ਨੇ ਵਿਦਾਂਤਾ ਦੀ ਫਿਲਾਸਫੀ ਜਿਹੜੀ ਹੈ ਉਹਦੇ ਕੰਪੋਜ਼ਰਸ ਮਹਾਰਸ਼ੀ ਵਿਆਸ ਨੇ ਠੀਕ ਹੈ ਬਾਕੀ ਤੁਹਾਨੂੰ ਐਂਸ਼ੀਅੰਟ ਦੇ ਨਾਲ ਰਿਲੇਟਡ ਸਾਰੀ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ ਕਿ ਉਸ ਤੋਂ ਇਲਾਵਾ ਰਮਾਇਣ ਵਗੈਰਾ ਕਿਨੇ ਲਿਖੀ ਹੈ ਠੀਕ ਹੈ ਮਹਾਭਾਰਤ ਦੇ ਕੰਪੋਜ਼ਰ ਜਿਹੜੇ ਹੈ ਉਹ ਕੌਣ ਹੈ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਠੀਕ ਹੈ नेक्स्ट क्वेश्चन पर चलिए सब इंस्पैक्टर एग्जाम की तैयारी इस यूट्यूब चैनल से प्रॉपर तरीके नाल हो सकती है यस uh, yes. uh, अविनाश बिल्कुल हो सकती है पंजाब पुलिस की मॉक uh, टेस्ट चल रहे हैं ठीक है उसके अलावा तो टॉपिक uh, स्पेसिफिक तैयारी जोड़ी है वो पूरी चल रही है यूट्यूब चैनल पर यह फ्री ऑफ कॉस्ट है डेफिनेटली एक बार प्लेलिस्ट खोल के देखो थोड़ी तो सारी इनफोरमेस जी है मिल जाएगी स्ट्रैटेजी की होनी चाहिए वगैरह वगैरह वो सारी इस चैनल से हंड्रड परसेंट कवर की है सो so, जुड़ सकते हो तो डेफिनेटली अगला सवाल देखो फ्लैमिंगो फैसटिवल जो है ऑप्शन देखिए आंध्र प्रदेश करनाटका केरला एंड बिहार फ्लैमिंगो फैसटिवल इन्हों किस स्टेट का फैसटिवल है आंध्र प्रदेश करनाटका कैरला एंड बिहार फ्लैमिंगो अपना बर्ड है ਸੋ ਉਸ ਬਰਡ ਦੀ ਕਨ ਸਰਵੇਸ਼ਨ ਜਿਹੜੀ ਹੈ ਉਹਨੂੰ ਬਣਾਏ ਰੱਖਣ ਲਈ ਇਹ ਫੈਸਟੀਵਲ ਜਿਹੜਾ ਹੈ ਇਹਨੂੰ ਅਬਜ਼ਰਵ ਕੀਤਾ ਜਾਂਦਾ ਹੈ ਪਾਈ ਤੇ ਅਬਜ਼ਰਵ ਕਿੱਥੇ ਕੀਤਾ ਜਾਂਦਾ ਹੈ ਜੀ ਆਂਧਰਾ ਪ੍ਰਦੇਸ਼ ਦੇ ਵਿੱਚ ਅਬਜ਼ਰਵ ਕੀਤਾ ਜਾਂਦਾ ਹੈ ਠੀਕ ਹੈ ਜਿਹਨੂੰ ਜੋ ਕੁਐਸਚਨਸ ਨਹੀਂ ਆਉਂਦੇ ਲਰਨ ਕਰਦੇ ਜਾਓ ਚੀਜ਼ਾਂ ਬਿਕੋਜ਼ ਕਲਾਸਸ ਦੇ ਵਿੱਚ ਸਾਰੀ ਚੀਜ਼ਾਂ ਜਿਹੜੀਆਂ ਹੈ ਆਨਸਰਸ ਵਾਲੀਆਂ ਨਹੀਂ ਹੋ ਸਕਦੀਆਂ ਡੈਫੀਨਿਟਲੀ ਕੁਝ ਕੁਐਸਚਨਸ ਕੁਝ ਸਵਾਲਾਂ ਦੇ ਜਵਾਬ ਸਾਨੂੰ ਲਰਨ ਵੀ ਕਰਨੇ ਪੈਣਗੇ ਠੀਕ ਹੈ ਐਂਡ ਇੱਕ ਵਾਰ ਸਾਰੇ ਜਾਨੇ ਸੈਸ਼ਨ ਨੂੰ ਫੜਾਫੜ ਜਿਆਦਾ ਤੋਂ ਜਿਆਦਾ ਜਿਹੜਾ ਹੈ ਸ਼ੇਅਰ ਕਰ ਦਿਓ ਠੀਕ ਹੈ ਤਾਂ ਕਿ ਮੈਕਸਿਮਮ ਸਟੂਡੈਂਟ ਜਿਹੜੇ ਹੈ ਡੈਫੀਨਿਟਲੀ ਸੈਸ਼ਨ ਦੇ ਵਿੱਚ ਜੁੜਨ ਠੀਕ ਹੈ ਚੱਲਾ ਨੈਕਸਟ ਕੁਐਸਚਨ ਤੇ ਕਿਸੇ ਨੇ ਕਿਸੇ ਨੂੰ ਡਾਊਟ ਤਾਂ ਨਹੀਂ ਹੈ ਚਲੋ ਅਗਲਾ ਸਵਾਲ ਦੇਖੋ ਵਿਚ ਅਮੰਗ ਦਾ ਫੋਲੋਇੰਗ ਰੂਲਰਸ ਬਿਲੋਂਗਡ ਟੂ ਮਾਮਲੂਕ ਡਾਇਨੈਸਟੀ ਮਾਮਲੂਕ ਡਾਇਨੈਸਟੀ ਤੋਂ ਇਹਨਾਂ ਵਿੱਚੋਂ ਕਿਹੜਾ ਰੂਲਰ ਜਿਹੜਾ ਹੈ ਉਹ ਬਿਲੋਂਗ ਕਰਦਾ ਸੀ ਸੋ ਤੁਹਾਨੂੰ ਡਾਇਨੈਸਟੀਜ਼ਿਕ ਕ੍ਰੋਨੋਲੋਜੀ ਜਿਹੜੀ ਹੈ ਉਹ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਗੁਲਾਮ ਵੰਸ਼ ਸਲੇਵ ਡਾਇਨੈਸਟੀ ਖਿਲਜੀ ਡਾਇਨੈਸਟੀ ਹੈ ਨਾ ਤੁਗਲਕ ਡਾਇਨੈਸਟੀ ਠੀਕ ਹੈ ਲੋਧੀ ਡਾਇਨੈਸਟੀ ਹੈਲੋ ਅਮਰਿਤਪਾਲ ਜੀ ਹਾਊ ਆਰ ਯੂ ਜੀ ਕੀ ਹਾਲ ਚਾਲ ਨੇ ਹੈਲੋ 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 ਸੋ ਅੱਜ ਸੈਸ਼ਨ ਦੇ ਵਿੱਚ ਜੋਸ਼ ਘਟ ਹੈ ਫੜਾਫੜ ਇੱਕ ਵਾਰ ਸਾਰੇ ਜਾਨੇ ਸੈਸ਼ਨ ਨੂੰ ਸ਼ੇਅਰ ਕਰਕੇ ਆਣਗੇ ਠੀਕ ਹੈ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਹਾਂ ਮੌਕ ਟੈਸਟ ਜਿਹੜਾ ਹੈ ਉਹ ਚੱਲ ਰਿਹਾ ਹੈ ਦਬਾ ਕੇ ਇੱਕ ਵਾਰ ਸ਼ੇਅਰ ਕਰਾਓ ਸੋ मामਲੂਕ ਡਾਇਨੈਸਟੀ ਟੂ ਬਿਲੋਂਗ ਕਰਦਾ ਸੀ ਬਲਬਨ ਠੀਕ ਹੈ ਓਕੇ ਅੱਛਾ ਇੱਕ ਵੈਲਿਊ ਐਡੀਸ਼ਨ ਦੇ ਸਵਾਲ ਦਾ ਜਵਾਬ ਦਿਓ ਇਹ ਆਪਣੇ ਕੋਲ ਇੱਕ ਸਿਸਟਮ ਹੈਗਾ ਸਜਦਾ ਐਂਡ ਪਾਈਬੋਸ ਸਜਦਾ ਐਂਡ ਪਾਈਬੋਸ ਜਿਹੜਾ ਆਪਣਾ ਸਿਸਟਮ ਹੈ ਇਹ ਕਿਸ ਐਂਪਰਰ ਦੇ ਦੁਆਰਾ ਜਿਹੜਾ ਹੈ ਇਹਨੂੰ ਲਾਂਚ ਕੀਤਾ ਗਿਆ ਸੀ ਕਿਸ ਐਂਪਰਰ ਨੇ ਸਜਦਾ ਐਂਡ ਪਾਈਬੋਸ ਨੂੰ ਲਾਂਚ ਕੀਤਾ ਸੀ ਫਟਾਫਟ ਆਨਸਰਸ ਦਿਓ lettes see no 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 d ਨਹੀਂ ਹੈ ਯਾਰ ਇਹ मामਲੂਕ ਡਾਇਨੈਸਟੀ ਤੋਂ ਨਾ ਬਿਲੋਂਗ ਕਰਦਾ ਸੀ ਬਲਬਨ கரੈਕਟ ਆਨਸਰ ਹੈ ਫਾਈਨ ਚੱਲਾਂ ਨੈਕਸਟ ਕੁਐਸਚਨ ਦੇ

ਉਸ ਤੋਂ ਇਲਾਵਾ ਚਲੀਸਾ ਦਾ ਸਿਸਟਮ ਜਿਹੜਾ ਹੈ ਤੁਸੀਂ ਕੀ ਆਨਸਰ ਦੇਣਾ ਹੈ ਕਿ ਇਹਨੂੰ ਇੰਟਰੋਡਿਊਸ ਕਿਨੇ ਕੀਤਾ ਸੀ ਚਲੀਸਾ ਨੂੰ ਠੀਕ ਹੈ ਉਸ ਤੋਂ ਬਾਅਦ ਇਹ ਚਲੀਸਾ ਜਿਹੜਾ ਹੈ ਬਹੁਤ ਜ਼ਿਆਦਾ ਫੇਮਸ ਹੋ ਗਿਆ ਸੀਗਾ ਠੀਕ ਹੈ ਤਾਂ ਉਸ ਤੋਂ ਬਾਅਦ ਇਹਨੂੰ ਬੈਨ ਕਿਨੇ ਕੀਤਾ ਸੀ ਤਾਂ ਕਿ ਇਹ ਜਿਹੜੇ 40 ਲੋਕ ਨੇ ਇਹਨਾਂ ਦੀ ਪਾਵਰ ਜਿਹੜੀ ਹੈ ਉਹਨੂੰ ਕੰਟਰੋਲ ਕੀਤਾ ਜਾ ਸਕੇ ਠੀਕ ਹੈ ਮੈਂ ਵੀ ਬਹੁਤ ਵਧੀਆ ਜੀ ਕਿਰਪਾਵਾਸ ਆਨਸਰ ਹੈ ਆਪਣੇ ਕੋਲ ਇਹ ਸੈਇਦ ਬ੍ਰਦਰਸ ਇਹਨੂੰ ਪੋਪੂਲਰਲੀ ਅਸੀਂ ਕਹਿੰਦੇ ਹਾਂ ਕਿੰਗ ਮੇਕਰਸ ਇੰਡੀਅਨ ਹਿਸਟਰੀ ਦੇ ਵਿੱਚ ਫਾਈਨ ਸੋ ਚਲੀਸਾ ਦਾ ਅਨਸਰ ਹੈ ਨਾ ਕਿਨੇ ਇੰਟਰੋਡਿਊਸ ਕੀਤਾ ਸੀ ਐਂਡ ਇਹਨੂੰ ਐਬੋਲਿਸ਼ ਕਿਨੇ ਕੀਤਾ ਸੀਗਾ ਠੀਕ ਹੈ ਇੱਕ ਵਾਰ ਸੈਸ਼ਨ ਨੂੰ ਸਾਰੇ ਜਾਨੇ ਸ਼ੇਅਰ ਕਰਕੇ ਆਣਗੇ ਡਿਫਰੈਂਟ ਡਿਫਰੈਂਟ ਪਲੇਸਸ ਜੁਤੇ ਤਾਂਕਿ ਸਾਰੇ ਜਾਨੇ ਇਹਨੂੰ ਜੁਆਇਨ ਕਰ ਲੈਣ ਠੀਕ ਹੈ ਇਨੀ ਕੋ ਮੇਰੀ ਰਿਕਵੈਸਟ ਹੈ ਸੈਸ਼ਨ ਤੇ ਲਾਈਕ ਦਾ ਬਟਨ ਡੈਫੀਨਿਟਲੀ ਦਬ ਦਿਓ ਠੀਕ ਹੈ ਤੇ ਥੰਬਸ ਅਪ ਦਿਓ ਹਾਂਜੀ ਸ਼ੇਅਰ ਕਰਕੇ ਆਇਆ ਫਟਾਫਟ ਸ਼ੇਅਰ ਕਰਕੇ ਆਓ ਯਾਰ ਸੈਸ਼ਨ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਜੋਸ਼ ਜਿਹੜਾ ਹੈ ਨਹੀਂ ਘਟਣਾ ਚਾਹੀਦਾ ਅੱਜ ਆਪਣੀ ਵੀਕਲੀ ਕਰੰਟ ਅਫੇਅਰਸ ਦੀ ਕਲਾਸ ਵੀ ਲਗਣੀ ਹੈ ਠੀਕ ਹੈ ਪ੍ਰੋਬੇਬਲੀ ਉਹ ਕਲਾਸ ਆਪਾਂ ਜਿਹੜੀ ਹੈ 6615 ਅ ਸਵਾ 6 60 ਦੇ ਆਸਪਾਸ ਜਿਹੜੀ ਹੈ ਉਹ ਨੂੰ ਸਟਾਰਟ ਕਰਾਂਗੇ ਠੀਕ ਹੈ ਚੱਲਾਂ ਨੈਕਸਟਵਾਲ ਤੇ ਫਾਈਨ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਕੀ ਆ ਰਿਹਾ ਹੈ ਦ ਰੀਅਲ ਨੇਮ ਆਫ ਮੁਗਲ ਐਂਪੀਰਰ ਸ਼ਾਹ ਆਲਮ 2 ਸ਼ਾਹ ਆਲਮ 2 ਦਾ ਅਸਲ ਨਾਮ ਜਿਹੜਾ ਹੈ ਜੀ ਉਹ ਕੀ ਸੀ অপਸ਼ਨ ਦੇਖੋ ਕੀ ਆ ਰਿਹਾ ਹੈ ਆਲਮਗੀਰ 2 ਅਹਿਮਦ ਸ਼ਾ ਦੁਰਾਨੀ ਮਿਰਜ਼ਾ ਨਜਫ खान ते अली गोहर शाह आलम दो दा असल नाम जो के लिए चलीए चलिए गुआन गोआन द फर्स्ट नेम ऑफ मुगल एम्परर शाह आलम टू द ओरिजिनल द रियल नेम शाह आलम टू असली नेम अली गोहर फाइन ਗੁੱਡ ਅਮਰਿਤਪਾਲ ਵੈਰੀ ਨਾਈਸ ਵੈਰੀ ਨਾਈਸ ਦੇਖੋ ਜਿੱਥੇ ਜਿੱਥੇ ਗਲਤੀਆਂ ਹੋ ਰਹੀਆਂ ਆਈ ਹੋਪ ਤੁਸੀਂ ਯਾਦ ਕਰਦੇ ਜਾ ਰਹੇ ਹੋ ਠੀਕ ਹੈ ਅਗਲਾ ਸਵਾਲ ਦੇਖੋ ਆਪਣੇ ਕੋਲ ਕੀ ਆ ਰਿਹਾ ਹੈ ਹੂ ਅਮੰਗ ਦ ਫੋਲੋਇੰਗ ਬ੍ਰਿਟਿਸ਼ ਗਵਰਨਰ ਨੇ ਸਲੇਵਰੀ ਸਿਸਟਮ ਜਿਹੜਾ ਹੈ ਉਹਨੂੰ ਐਬੋਲਿਸ਼ ਕੀਤਾ ਸੀ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਸਲੇਵਰੀ ਸਿਸਟਮ ਕਿਹਦੇ ਦੁਆਰਾ ਐਬੋਲਿਸ਼ ਕੀਤਾ ਗਿਆ ਹੈ ਲਾਰਡ ਐਲਨਬੋਰ ਸਰ ਚਾਰਲਸ ਮੈਟਕਲਸ ਲਾਰਡ ਆਕਲੈਂਡ ਐਂਡ ਲਾਰਡ ਐਮਹਰਸਟ ਗੋ ਆਨ ਸਲੇਵਰੀ ਦਾ ਸਿਸਟਮ ਐਬੋਲਿਸ਼ ਕਿਹਦੇ ਦੁਆਰਾ ਕੀਤਾ ਗਿਆ ਸੀ ਐਲਨਬਰਗ ਮੈਟਕਲਿਫ ਆਕਲੈਂਡ ਐਂਡ ਐਮਹੌਰਸਟ ਸੈਸ਼ਨ ਦੇ ਵਿੱਚ ਜੋਸ਼ ਘਟ ਹੋਣ ਦਾ ਕਾਰਨ ਕੀ ਹੈ ਐਨੀ ਵਨ ਜੋ ਦੱਸਣਾ ਚਾਹੇਗਾ ਕਿ ਸੈਸ਼ਨ ਦੇ ਵਿੱਚ ਅੱਜ ਜੋਸ਼ ਹੋ ਘਟਿਆ ਕਿੱਥੇ ਨੇ ਸਾਰੇ ਜਾਣੇ ਕੁイズ ਲਈ ਜਾ ਰਹੇ ਹਾਂ ਦੋ ਜਗ੍ਹਾ ਹੋ ਸਕਦੀ ਹੈ या तो क्विज लग रहे ने? या <laughs> सो रहे करेक्ट आंसर अपने ब्रिटिश गवर्नर जनरलिश लदरवाइज जो आपच सोसाइटी की कहानी पढ़ते हैं है ना सो नेपोलियन का बड़ा इंपोर्टेंट रोल रहा है सलेवरी वगैरा दे अगला दे देखो हु फॉलोइंग पॉपूलरली किन इंडिया इंडिया ਦੇ ਵਿੱਚ ਫਾਦਰ ਆਫ ਸਿਵਲ ਸਰਵਿਸਿਜ਼ ਪਪੂਲਰਲੀ ਕਿਹਨੂੰ ਕਿਹਾ ਜਾਂਦਾ ਹੈ অপਸ਼ਨ ਦੇਖੋ ਕਾਰਟਨਰ ਹੈਰੀ ਵੈਰਲੈਸਟ ਲord ਕਨਵਾਲਸਟ ਐਂਡ ਵਾਰਨ ਹੈਸਟਿੰਗ ਫਾਦਰ ਆਫ ਸਿਵਲ ਸਰਵਿਸਿਜ਼ ਇਨ ਇੰਡੀਆ ਕਿਨੂੰ ਕਿਹਾ ਜਾਂਦਾ ਹੈ ਯੈਸ ਗੁੱਡ ਗੁੱਡ ਅੱਛਾ ਤਿੰਨ ਜਾਨੀ ਅਨਸਰ ਦੇ ਰਹੇ ਨੇ ਤੇ ਬਾਕੀ ਸਾਰੇ ਜਾਨੇ ਸਾਇਲੈਂਟ ਵਾਚਰਸ ਕੌਣ ਨੇ ਇੱਕ ਵਾਰ ਆ ਕੇ ਹੈਲੋ ਕਹਿ ਦਿਓ ਕਮੈਂਟ ਦੇ ਵਿੱਚ ਇੱਕ ਵਾਰ ਹੈਲੋ ਕਹਿ ਦਿਓ

वाइस रॉय ऑफ इंडिपेंडेंट इंडिया कौन सी भी आंसर दसना है फर्स्ट वाइस रॉय ऑफ इंडिपेंडेंट इंडिया कौन स बाकी फर्स्ट गवर्नर जनरल ऑफ बंगाल अपने को रहा है वॉरन हेस्टिंग इजी ठीक है जी फाइन ओके okay. चला नेक्स्ट सवाल थे कोई डाउट नहीं है किसी बाकी फर्स्ट गवर्नर जनरल ऑफ इंड वाइस रॉय ऑफ इंडिया इंडिपेंडेंट इंडिया का आंसर देना सारे जने ਠੀਕ ਹੈ ਨੈਕਸਟ ਸਵਾਲ ਦੇਖੋ ਆਪਣੇ ਕੋਲ ਕੀ ਆ ਰਿਹਾ ਵੈਨ ਫੰਡਮੈਂਟਲ ਡਿਊਟੀਆਂ ਵਰ ਐਡਡਡ ਇਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਕਿਸ ਸਾਲ ਦੇ ਵਿੱਚ ਫੰਡਮੈਂਟਲ ਡਿਊਟੀਆਂ ਜਿਹੜੀਆਂ ਹੈ ਉਹਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ ਸੀ ਸੋ ਇਹ ਸਾਲ ਤੁਹਾਨੂੰ ਯਾਦ ਹੋਏਗਾ ਸਾਰਿਆਂ ਨੂੰ ਹੈਨਾ ਅੱਛਾ ਸਾਲ ਤਾਂ ਪੁੱਛ ਲਿਆ ਬਾਕੀ ਫੰਡਮੈਂਟਲ ਡਿਊਟੀਆਂ ਦਾ ਕਨਸਟੀਟਿਊਸ਼ਨਲ ਅਮੈਂਡਮੈਂਟ ਕਿਹੜਾ ਸੀ ਇਹ ਵੀ ਦੱਸ ਦਿਓ Options देखो 1976, 1965, 1970, 1992, duties, किस साल दे हाँ, के सी राजा सोच लो दोना भी कौन, सी? कौन वोट्स पाएगा भाई इधर केोट चलने चाहिए बिकॉज बहुत सौखे क्वेश्चन ने ला फल uh, की है, ए है

ਅ ਜੱਜ ਆਫ ਸੁਪਰੀਮ ਕੋਰਟ ਜਿਹੜਾ ਹੈ ਕਹਿੰਦੇ ਨੇ ਕਿ ਆਪਣੇ ਆਫਿਸ ਦੇ ਵਿੱਚ ਰਹਿ ਸਕਦਾ ਹੈ ਪੈਨਸਾਲ ਦੀ ਉਮਰ ਤੱਕ 65 ইয়ার্স ਤੱਕ ਜੱਜ ਆਫ ਸੁਪਰੀਮ ਕੋਰਟ ਜਿਹੜਾ ਹੈ ਉਹ ਆਪਣਾ ਰੈਜ਼ੀਗਨੇਸ਼ਨ ਲੈਟਰ ਜਿਹੜਾ ਹੈ ਕਿਹਨੂੰ ਦਿੰਦਾ ਹੈ ਚੀਫ ਜਸਟਿਸ ਆਫ ਇੰਡੀਆ ਨੂੰ ਦਿੰਦਾ ਹੈ ਔਨ ਦਾ ਰਿਕਮੈਂਡੇਸ਼ਨ ਆਫ ਪਾਰਲੀਮੈਂਟ ਪਾਰਲੀਮੈਂਟ ਦੀ ਰਿਕਮੈਂਡੇਸ਼ਨ ਦੇ ਨਾਲ ਸੀਜੀਆਈ ਨਹੀਂ ਜੱਜ ਆਫ ਸੁਪਰੀਮ ਕੋਰਟ ਨੂੰ ਜਿਹੜਾ ਹੈ ਉਹ ਆਪਣਾ ਰੈਜ਼ੀਗਨੇਸ਼ਨ ਕਿਨੂੰ ਸਬਮਿਟ ਕਰਦੇ ਨੇ

ਅਗਰ ਨਹੀਂ ਦਿੰਦਾ ਚੀਫ ਜਸਟਿਸ ਨੂੰ ਤਾਂ ਫਿਰ ਕਿੰਨ ਦਿੰਦਾ ਹੈ ਬੀ ਜਿਹੜਾ ਹੈ ਉਹ ਆਨਸਰ 100% ਆਪਣੇ ਕੋਲ ਸਹੀ ਹੈ ਠੀਕ ਹੈ ਜਦੋਂ ਸੁਪਰੀਮ ਕੋਰਟ ਆਪਣਾ ਰੈਜ਼ਿਗਨੇਸ਼ਨ ਜਿਹੜਾ ਹੈ ਉਹ ਚੀਫ ਜਸਟਿਸ ਨੂੰ ਨਹੀਂ ਦਿੰਦਾ ਤਾਂ ਕਿੰਨੂੰ ਦਿੰਦਾ ਹੈ ਐਨੀ ਆਨਸਰਸ ਫਟਾਫਟ ਬਈ ਬੇਸਿਕ ਕੁਐਸਚਨਸ ਨੇ ਬਹੁਤ ਜ਼ਿਆਦਾ ਇਹਦਾ ਵਿੱਚ ਜ਼ਿਆਦਾ ਦੇਰ ਨਹੀਂ ਕਰਨੀ ਫਟਾਫਟ ਦੱਸ ਦਿਓ ਇਹ ਡੀ ਆਪਸ਼ਨ ਸਹੀ ਹੈ ਯਾਰ ਕੈਨ ਬੀ ਰਿਮੂਵਡ ਔਨ ਦਾ ਕੰਡੀਸ਼ਨ ਆਫ ਮਿਸਕੰਡਕਟ

एक्ट सीन सैवंटी थ्री या फिर नन ऑफ द नहीं <coughs> दसिया है जो थी ठीक so uh, है है बिकॉज चीफ जस्टिस ने नहीं सबमिट करता ठीक है परमजीत कौर से अपने को okay. बाकी सारी यार सैशन जोश कट क्यों है ए, एदा नहीं सेशन

चलना नेक्स्ट सवाल थे ओके okay. अगला क्वेश्चन देखो कि आ रहा है वेर इज पिट्यूटरी ग्लैंड सिचुएटेड पिट्यूटरी ग्लैंड अपना मास्टर ग्लैंड है है ना इस सिचुएटेड कितने है नेक बेस ऑफ द ब्रेन एबडोम एंड देन अपने को लगेन आ रहा है बेस ऑफ द ब्रेन सो जिद आंसर बेस ऑफ द ब्रेन बी ते डी दोनों देंगे उन्होंने कंसिडर कर लेंगे बिकॉज ए दोनों सेम है है ना बी ते

स्टार्च या फिर गो ऑन। पता uh, रिलीज़ होना ठीक है खाने वाली चीजों इलावा होर किस चीज की एबजॉपन डाइजेल करता है फैट्स प्रोटीन स्टार्च या फिर वाइटामिन चली द डाइजेशन ऑफ स्टार्च जिवै की कुछ स्टार्च प्रेजेंट जड़े अपने फूड प्रोडक्ट्स हुंदे ने ओ है अपना पोटैटो है ना आलू ते अपने को और अपने कोल राइस चावल जड़े है ओदे विच भी स्टार्च जड़ा है प्रेजेंट हुंदा है सो स्टार्च दी थोनू कहानी पता होएगी स्टार्च नु आप टेस्ट दी प्रेजेंस किवें करदे हां आयोडीन दी नाल ठीक so yeah, so है सो आयोडीन कोर कीता जांदा है स्कूल दे विच भी तुसे साइंस लैब दे विच शायद एक्सपेरिमेंट जड़ा है कीता होएगा ਆਇਓਡੀਨ ਤੇ स्टार्च ਵਾਲਾ ਠੀਕ ਹੈ ਫਾਈਨ ਨੈਕਸਟ ਕੁਐਸਚਨ ਵੈਨ ਮਿਲਕ ਇਜ਼ ਚਰਨਡ ਦ ਕਰੀਮ ਸੈਪਰੇਟਸ ਫਰਮ ਇਟ ਡਿਊ ਟੂ ਕਹਿੰਦੇ ਮਿਲਕ ਨੂੰ ਜਦੋਂ ਚਰਨ ਕੀਤਾ ਜਾਂਦਾ ਹੈ ਕਰੀਮ ਮਤਲਬ ਮੱਖਣ ਦੁੱਧ ਵਿੱਚੋਂ ਕਿਵੇਂ ਨਿਕਲ ਆਂਦਾ ਹੈ ਪ੍ਰੋਸੈਸ ਦੇਖੋ ਫ੍ਰਿਕਸ਼ਨਲ ਫੋਰਸ ਯੂਜ਼ ਹੁੰਦਾ ਹੈ ਵਿਸਕਸ ਫੋਰਸ ਯੂਜ਼ ਹੁੰਦਾ ਹੈ ਗ੍ਰੈਵਿਟੇਸ਼ਨਲ ਫੋਰਸ ਯੂਜ਼ ਹੁੰਦਾ ਹੈ ਜਾਂ ਫਿਰ ਉਹ ਸੈਂਟਰੀਫਿਊਗਲ ਫੋਰਸ ਹੁੰਦਾ ਹੈ ਮੱਖਣ ਦੇਖਿਆ ਹੋਏਗਾ ਤੁਸੀਂ ਆਪਣੇ ਘਰੇ ਮੰਮੀ ਨੂੰ ਬਣਾਉਂਦੇ ਹੋ ਬਹੁਤ ਤੇਜ਼ ਜਿਹੜਾ ਹੈ ਉਹਨੂੰ ਰੜਕਦੇ ਨੇ ਹੈਨਾ ਜਿਵੇਂ ਪੂਰੀ ਪੰਜਾਬੀ ਯੂਜ਼ ਕਰਨਾ ਰੜਕਣਾ ਹੈ ਨਾ ਜਾਂ ਫਿਰ ਬਲੈਂਡ ਕਰਦੇ ਨੇ ਬਲੈਂਡਰ ਦੇ ਨਾਲ ਸੋ ਪ੍ਰੋਡਿਊਸ ਹੁੰਦਾ ਹੈ ਇਹ ਫੋਰਸ ਕਿਹੜਾ ਯੂਜ਼ ਹੁੰਦਾ ਹੈ ਡੀ ਵੈਰੀ ਗੁੱਡ ਸੈਂਟਰੀਫਿਊਗਲ ਫੋਰਸ ਜਿਹੜਾ ਹੈ ਯੂਜ਼ ਹੁੰਦਾ ਹੈ ਤਾਂ ਤੁਸੀਂ ਦੇਖ ਰਹੇ ਹੋਏਗਾ ਵਿਚਲੇ ਸਰਫੇਸ ਦੇ ਉੱਤੇ ਹੌਲੋ ਹੋ ਜਾਂਦਾ ਹੈ ਸੋ ਸੈਂਟਰੀਫਿਊਗਲ ਫੋਰਸ ਹੁੰਦਾ ਹੀ ਕੋ ਹੁੰਦਾ ਹੈ ਆਪਣੇ ਕੋਲ ਸੈਂਟ੍ਰਿਪੀਟਲ ਫਿਰ ਤੁਹਾਨੂੰ ਪਤਾ ਹੋਏਗਾ ਡਿਫਰੈਂਸ ਇੱਕ ਫੋਰਸ ਬਾਹਰ ਵੱਲ ਨੂੰ ਖਿੱਚਦਾ ਹੈ ਇੱਕ ਫੋਰਸ ਅੰਦਰ ਵੱਲ ਨੂੰ ਅਟਰੈਕਟ ਕਰਦਾ ਹੈ ਠੀਕ ਹੈ ਸੋ ਸੈਂਟ੍ਰੀਫਿਊਗਲ ਦੀ ਇਹ ਕਹਾਣੀ ਹੈ ਬਾਕੀ ਫ੍ਰਿਕਸ਼ਨਲ ਫੋਰਸ ਜਿਹੜਾ ਹੈ ਇਹ ਬਾਕੀ ਜਿਹੜਾ ਨੋਰਮਲ ਫੋਰਸ ਹੁੰਦਾ ਉਹਨੂੰ ਅਪੋਜ਼ ਕਰਦਾ ਹੈ ਜਿੰਨਾ ਅੱਛਾ ਇੱਕ ਸਵਾਲ ਦਾ ਜਵਾਬ ਦਿਓ ਫ੍ਰਿਕਸ਼ਨਲ ਫੋਰਸ ਤੇ ਰਫ ਸਰਫੇਸ ਦੇ ਵਿੱਚ ਕਿਸ ਤਰ੍ਹਾਂ ਦਾ ਰਿਲੇਸ਼ਨ ਹੁੰਦਾ ਹੈ ਕਿ ਜ਼ਿਆਦਾ ਸਰਫ ਸਰਫੇਸ ਰਫ ਹੋਣ ਤੇ ਫ੍ਰਿਕਸ਼ਨਲ ਫੋਰਸ ਜ਼ਿਆਦਾ ਹੁੰਦੀ ਹੈ ਜਾਂ ਰਫ ਸਰਫੇਸ ਜ਼ਿਆਦਾ ਹੋਣ ਕਰਕੇ ਫ੍ਰਿਕਸ਼ਨਲ ਫੋਰਸ ਜਿਹੜੀ ਹੈ ਉਹ ਘੱਟ ਹੁੰਦੀ ਹੈ ਐਨੀ ਵਨ ਹਾਂ واਸ਼ਿੰਗ ਮਸ਼ੀਨ ਵੀ ਵੈਰੀ ਨਾਈਸ ਵੀਰ ਕਰਨ ਜੋਤੀ ਸ਼ਾਬਾਸ਼ वेरी गुड वेरी गुड सही जवाब वॉशिंग मशीन यही प्रिंसिपल यूज होंगे सेंट्री फ्यूगल का ठीक है सो रफ सरफेस जिना ज़्यादा होएगा फ्रिक्शनल फोर्स भी उन्नी ही ज्यादा होगी क्योंकि समूद मोशन सूँ मूव करने करन किसी भी चीज़ में प्रिवेंट करती है ठीक है डन हाँ फ्रिक रफ सरफेस जिन्ना ज़्यादा फ्रिक्शनल फोर्स भी उन्नी ही ज़्यादा फाइन ਸੈਸ਼ਨ ਤੇ ਲਾਈਕ ਦਾ ਬਟਨ ਜ਼ਰੂਰ ਦਬਵ ਦਿਨ ਸਾਰੇ ਜਾਨੇ ਜਾਗਦੇ ਰਹਿਣਾ ਹੈ ਸੈਸ਼ਨ ਦੇ ਵਿੱਚ ਕਿਸੇ ਨੂੰ ਨੀਂਦ ਆਏ ਜਾਂ ਕਿਸੇ ਨੂੰ ਕਮਜ਼ੋਰੀ ਮਹਿਸੂਸ ਹੋਏ ਮੈਨੂੰ ਦੱਸ ਦਿਓ ਜਗਾ ਦਾਂਗੇ ਫਾਈਨ ਓਕੇ ਨੈਕਸਟ ਸਵਾਲ ਤੇ ਚਲਦੇ ਆ ਲੋਂਗੇਸਟ ਬੋਨ ਇਨ ਦਾ ਹਿਊਮਨ ਬਾਡੀ ਵੈਰੀ ਈਜ਼ੀ ਕੁਐਸਚਨ ਥਾਈ ਬੋਨ ਜਿਹੜੀ ਹੁੰਦੀ ਉਹਨੂੰ ਕਿਹਾ ਜਾਂਦਾ ਹੈ ਉਲਨਾ ਹੈਮਰਸ ਫੀਮਰ ਐਂਡ ਦੀ ਆਪਣੇ ਕੋਲ ਆ ਰਿਹਾ ਹੈ ਟਿਬੀਆ ਦੀ ਲੋਂਗੇਸਟ ਬੋਨ ਇਨ ਦਾ ਹਿਊਮਨ ਬਾਡੀ ਉਹਨੂੰ ਅਸੀਂ ਕੀ ਕਹਿੰਨੇ ਹਾਂ ग्रेट 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 लॉन्गेस्ट बोन ह्यूमन बॉडी की जी हैज फीमर ठीक है जिन्हों से थाई बोन भी कहने है. कोई डाउट नहीं डन ग्रेट अगला सवाल देखो क्या आ रहा है हूँ करेक्टली मैच दसना है कह रहे हैं मेकोंग अंडमान सी थेम्स आयरिस वॉलगा सी एंड जम्बेजी इंडियन ओशन ठीक है सो किड़ी स्टेटमेंट जी है करेक्टली मैचड है ऑप्शन देखो वन ओनली कह रहे हैं ने सारी ही करेक्ट है थर्ड जो कह रहे हैं ने दूसरी तीसरी चौथी करेक्ट है डी है अपने कुल थर्ड एंड फोर्थ इज ओनली करेक्ट गो ऑन सुख कौर गुड वेरी नाइस चलो की आंसर आ रहे हैं अपने कुल गो ऑन गो ऑन की अपने कुल आंसर आ रहे हैं डी थ्री एंड फोर ओके बाकी एंड जी की कहानी है थ्री चलिए जा रहे यार थोड़ा जाग जाओ सेशन सैशन तो पता होएगा अपनी जड़ी है वर्ल्ड की ट्वेल्थ लार्जेस्ट आ, लार्जेस्ट नहीं जड़ी है अपनी रिवर है इंपॉर्टेंट फैक्ट है ठीक है सो कि अपने आंसर्स आ रहे हैं गो ऑन जल्दी जल्दी मैं कौन जड़ी है इस साउथ ईस्ट एशिया वाली साइड पे है सो तो डेफिनेटली अंडमान सीता नहीं होएगा ठीक है आंसर डी है ठीक है so, सो थर्ड एंड फोर्थ वोल्गा एंड जाम्बेजी जड़ी है वो करेक्टली मैच है फाइन हेलो जस करण जी हाउ आर यू जी की हाल चाल ने कि चल रही है पेपर दिया तैयारियां चलना नेक्स्ट सवाल थे ओके okay. अगला क्वेश्चन देखो ਅਸ਼ੀਟਿਕ ਲੋਇਨ ਜਿਹੜਾ ਹੈ ਉਹ ਨੈਚੁਰਲੀ ਕੇਵਲ ਇੰਡੀਆ ਦੇ ਵਿੱਚ ਮਿਲਦਾ ਹੈ ਦੂਸਰਾ ਕੁਐਸਚਨ ਸਾਰੇ ਡਬਲ ਹੰਪਡ ਕੈਮਲ ਜਿਹੜੇ ਹੈ ਇਜ਼ ਨੈਚੁਰਲੀ ਫਾਊਂਡ ਇਨ ਇੰਡੀਆ ਓਨਲੀ ਜਿਨੇ ਵੀ ਡਬਲ ਹੰਪਡ ਕੈਮਲਸ ਹੈ ਉਹ ਕੇਵਲ ਸਾਨੂੰ ਇੰਡੀਆ ਦੇ ਵਿੱਚ ਮਿਲਦੇ ਆ ਠੀਕ ਹੈ ਸੋ ਕਿਹੜੀ ਸਟੇਟਮੈਂਟ ਇਹਦੇ ਬਾਰੇ ਸਹੀ ਹੈ கரੈਕਟ ਸਟੇਟਮੈਂਟ ਤੁਸੀਂ ਦੱਸਣੀ ਹੈ ਗੋ ਆਨ ਜਲਦੀ ਜਲਦੀ ਆਨਸਰਸ ਦੇ ਦਿਓ

वन हॉर्न रैन नैचुरली इंडिया इलावा इंडिया की नेबरिंग स्टेट जंट्र ज फॉर एग्जाम्पल नेपाल हो गया उम्ड कैनिम कैमल जैचुरली इंडिया तो इलावा कुछ अरब कंट्रीज भी आपको मिलते हैं बाकी ईशियटिक लोइन इज नैचुरली केवल इंडिया के मिलता है ठीक है ओनली वाली एक्सट्रीम स्टेटमेंट बहुत ध्यान देखने या तो बिलकुल सही होनगियाँ या फिर बिल्कुल गलत हो ठीक है फाइन गुड नीरज वेल ट्राइड नेक्स्ट सवाल देखो ऑन विच रिवर तेहरी डैम केड़ी रिवर ते सिचुएटेड है अलकनंदा भागीरथी गंगा एंड हुगली अगर तुसी कल मेरा ते हरशीन मैम वाला लाइव सेशन लगाया होना डेफिनेटली तुसी इस सवाल का जवाब दिता होना है ठीक है हाईएस्ट डैम लार्जेस्ट डैम ठीक है ओके गो ऑन गुड ज्योति वेरी नाइस बी भागीरथी एक क्वेश्चन मैं कल भी कर, सो, देख रहे हो गाफी सारी दल अच्छा, स्ट्री की है पढ़ी मॉक टेस्ट लगा रहे हो सैल्फ स्टडी कर रहे हो अमृतपाल वे नाइस की स्ट्रैटेजी है जी दी सार्या द वे उत्तराखंड ग्रेट नैक्स्ट सवाल अपने को आ रहा है

ਸੋ एवरीडे प्रीवियस ईयर ਅਨਲਿਸਿਸ ਦੇ ਨਾਲ ਨਾਲ ਇੱਕ ਇੱਕ ਮੌਕ ਟੈਸਟ ਆਪਣੇ ਸ਼ਡਿਊਲ ਦੇ ਵਿੱਚ ਡੈਫੀਨੇਟਲੀ ਐਡ ਕਰ ਲਓ ਚਾਹੇ ਜਿੰਨਾ ਵੀ ਟਾਈਮ ਹੋਵੇ ਦਿਨ ਦੇ ਵਿੱਚ ਠੀਕ ਹੈ ਸੋ ਉਹਨੂੰ ਡੈਫੀਨੇਟਲੀ ਕਰੋ ਪੇਪ ਐਗਜ਼ਾਮ ਇਨ ਵਾਇਰਮੈਂਟ ਵਿੱਚ ਬੈਠ ਕੇ ਸ਼ੁਰੂ ਕਰੋ ਅਗਲਾ ਦੇਖੋ ਵਿਚ ਆਫ ਦਾ ਫੋਲੋਇੰਗ ਅਗਰ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਜਾਵੇ ਪ੍ਰੈਜ਼ੀਡੈਂਟ ਦੇ ਦੁਆਰਾ ਤਾਂ ਇਹਦੇ ਵਿੱਚੋਂ ਕੀ ਕੀ ਜਿਹੜਾ ਹੈ ਜੀ ਉਹ ਕੰਡਕਟ ਕੀਤਾ ਜਾ ਸਕਦਾ ਹੈ ਪ੍ਰੈਜ਼ੀਡੈਂਟ ਡੈਰੀਵੇਟਿਵਜ਼ ਈਸ਼ੂ ਕਰ ਸਕਦਾ ਹੈ ਸਟੇਟ ਐਗਜ਼ੀਕਿਟਿਵ ਨੂੰ

ਜਿਸ ਕਰਨ ਕੰਬੋਜ ਮੈਨੂੰ ਤੁਹਾਡਾ ਸਵਾਲ ਸਮਝ ਨਹੀਂ ਆਇਆ ਕਿਥੋਂ ਕਿਤੋਂ ਬਿਲੋਂਗ ਕਰਦੇ ਹੋ ਜੀ ਮੈਂ ਲਾਂਚ ਪੈਡ ਦੇ ਹੋਮ ਟਾਊਨ ਤੋਂ ਲੁਧਿਆਣੇ ਤੋਂ ਠੀਕ ਹੈ ਚਲੋ 2 ਐਂਡ 3 1 2 ਐਂਡ 3 1 2 ਐਂਡ 4 ਐਂਡ ਨਨ ਆਫ ਦਾ ਅਬਵ ਇਹਨਾਂ ਵਿੱਚੋਂ ਕੋਈ ਵੀ ਨਹੀਂ ਚਲਿਏ ਬਿਲਕੁਲ ਵੀਰ ਕਰਨ ਵਾਟਐਵਰ ਸ਼ਡਿਊਲ ਬਸ ਉਹਨੂੰ ਇਨਕਲੂਡ ਕਰ ਲਿਓ ਆਨਸਰ ਆਪਣੇ ਕੋਲ ਹੈ ਸੀ ਠੀਕ ਹੈ ਡੈਫੀਨਿਟਲੀ ਪ੍ਰੈਜ਼ੀਡੈਂਟ ਜਿਹੜਾ ਹੈ ਫੰਡਾਮੈਂਟਲ ਰਾਈਟਸ ਨੂੰ ਜਿਹੜਾ ਹੈ ਸਸਪੈਂਡ ਕਰ ਸਕਦਾ ਹੈ ਲੇਕਿਨ ਸਾਰੇ ਫੰਡਾਮੈਂਟਲ ਰਾਈਟਸ ਨੂੰ ਸਸਪੈਂਡ ਨਹੀਂ ਕਰਦਾ ਨਾਟ ਆਲ ਫੰਡਾਮੈਂਟਲ ਰਾਈਟਸ ਅੱਛਾ ਕਿਹੜੇ ਫੰਡਾਮੈਂਟਲ ਰਾਈਟਸ ਨੂੰ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਸਸਪੈਂਡ ਨਹੀਂ ਕਰ ਸਕਦਾ ਕਿਹੜੇ ਦੋ ਫੰਡਾਮੈਂਟਲ ਰਾਈਟਸ ਨੇ ਕਹਾਣੀ ਪਤਾ ਹੋਣੀ ਚਾਹੀਦੀ ਯਾਰ ਫੜਾ ਫੜਾ ਆਨਸਰ ਦੇ ਦਿਓ ਗੋਲੀ ਦੀ ਸਪੀਡ ਦੇ ਨਾਲ ਠੀਕ ਹੈ ਕਿਹੜੇ ਦੋ ਫੰਡਮੈਂਟਲ ਰਾਈਟਸ ਨੂੰ ਸਸਪੈਂਡ ਨਹੀਂ ਕਰਦਾ ਕਰ ਸਕਦਾ ਸੋ ਬਾਏ ਦਾ ਵੇ ਤੁਹਾਡੀ ਇਨਫੋਰਮੇਸ਼ਨ ਦੀ ਦੱਸਦਾ ਮੰਡੇ ਤੋਂ ਇਸ ਕਮਿੰਗ ਮੰਡੇ ਅੱਜ ਮੰਡੇ ਹੈ ਨਾ ਅਗਲੇ ਮੰਡੇ ਤੋਂ ਪੰਜਾਬ ਪੁਲਿਸ ਦੀ ਕਲਾਸਿਸ ਜਿਹੜੀਆਂ ਹੈ ਜੀ ਉਹ ਸਟਾਰਟ ਹੋ ਰਹੀਆਂ ਹਨ ਆਨਲਾਈਨ ਤੇ ਆਫਲਾਈਨ ਦੋਨੋਂ ਠੀਕ ਹੈ ਸੋ ਤੁਸੀਂ ਜਿਹੜਾ ਹੈ ਲਾ ਸਕਦੇ ਹੋ ਡੈਮੋ ਕਲਾਸਿਸ ਸਾਡੇ ਨਾਲ ਆਪਣੇ ਆਪ ਨੂੰ ਰਜਿਸਟਰ ਕਰਵਾ ਲਓ ਪੰਜਾਬ ਪੁਲਿਸ ਦੀ ਕੰਪਲੀਟ ਪੈਕੇਜ ਦੀ ਤਿਆਰੀ ਕੰਟੈਂਟ ਪ੍ਰੋਵਾਈਡ ਕਰਨਾ classes provide karna eh sariyan online offline classes dono chal langiya theek hai i'll be also taking some of your subjects theek hai so bahut diligently apa classes jehdiyan hai onu lagawange theek hai mande nu online classes jehdiyan hai oh tonu paindiyan 5000 de utte right now 30% discount chal rha hai theek hai so 1512 15, 15 discount itthe ho gaya offline de vich 10% 10000 diyan hai tedde utte vi 30% da discount chal rha hai theek hai So get yourself registered, ये classes लगाओ, Monday onwards, ठीक है? हाँ, Article 20 and 21, great. Okay जी, चलिए next सवाल थे। If both the offices of President and Vice President are vacant, then person who performs the duty of the President, अगर President तो बाद अगर मान लो President available नहीं है, तो अभी duty कौन perform करता है? वाइस प्रेसिडेंट परफॉर्म करता है पता है सपोज अगर वाइस प्रेसिडेंट भी देन द पर्सन हु परफॉर्म्स द ड्यूटी इन प्लेस ऑफ प्रेसिडेंट अगर वाइस प्रेसिडेंट भी नहीं है तो स्पीकर ऑफ लोकसभा काम करता है चीफ जस्टिस ऑफ इंडिया काम करता है चेयरमैन ऑफ राज्यसभा काम करेगा या फिर अटॉर्नी जनरल काम करेगा गो ऑन बहुत चौका क्वेश्चन है कि आपने कौन आंसर है चीफ जस्टिस ऑफ इंडिया करेक्ट आंसर है बी

होप हून बफरिंग नहीं है इस एंड बफरिंग हो रही है बफरिंग

ਅੰਜਰ ਆਪਣੇ ਕੋਲ ਆ ਰਿਹਾ ਹੈ ਜੀ اے ਟੂ वोट ਇਨ ਪਬਲਿਕ ਇਲੈਕਸ਼ਨਸ ਏ ਫੰਡਮੈਂਟਲ ਡਿਊਟੀ ਜਿਹੜੀ ਹੈ ਡੈਫੀਨਿਟਲੀ ਨਹੀਂ ਹੈ ਸੋ ਆਈ ਹੋਪ ਬਫਰਿੰਗ ਨਹੀਂ ਹੈ ਐਂਡ ਕੁਝ ਟੈਕਨੀਕਲ ਅਗਲਾ ਕੁਐਸਚਨ ਆਪਣੇ ਕੋਲ ਗਿਆ ਰਿਹਾ ਦ ਕਨਸਟੀਟਿਊਸ਼ਨ ਆਫ ਇੰਡੀਆ ਗੈਰਨੈਸ ਸੁਪਰੀਮ ਕੋਰਟ ਨੂੰ 엠ਪਾਵਰ ਕਰਦਾ ਹੈ ਟੂ ਐਜੂਡੀਕੇਟ ਕਿ ਸੈਂਟਰ ਐਂਡ ਸਟੇਟ ਦੇ ਵਿੱਚ ਦੇ ਜਿਹੜੇ ਡਿਸਪਿਊਟਸ ਹੈ ਉਹਨਾਂ ਨੂੰ ਐਜੂਡੀਕੇਟ ਕੀਤਾ ਜਾ ਸਕੇ ਠੀਕ ਹੈ ਸੋ ਅਪੀਲਟ ਜੂਰਿਸਡਿਕਸ਼ਨ ਹੈ ਦੈਨ ਦੇ ਆਰ ਸੇਇੰਗ ਦਿਸ ਇਜ਼ ਨੋਨ ਐਸ

या फिर मेरा कॉन्स्टिट्यूशनल राइट right है या फिर मेरा फंडामेंटल राइट right है या फिर दिस इज माय लीगल राइट राइट टू वोट एज अपने ने कॉन्स्टिट्यूशनल राइट right. ठीक है सो कॉन्स्टिट्यूशन स्टेट्स कि हर किसी के इस्पेक्टिव ऑफ एनी डिस्क्रिमिनेशन जड़ा है राइट टू वोट डेफिनेटली प्रेजेंट है फाइन uh, चला नेक्स्ट क्वेश्चन <coughs> राइट right. अगला क्वेश्चन जो अपने को फॉलोइंग ऑबजेक्टिव इज नॉट एम्बोडीड इन इंडिया इन्होंने ऑबजेक्टिव इंडियन कॉन्स्टिट्यूशन प्रेजेंट नहीं है देखो लिबर्टी ऑफ थॉट इकोनॉमिक लिबर्टी ऑफ एक्सप्रेशन एंड लिबर्टी ऑफ बिलीफ फाइन ਗੋਆਲ ਕੀ ਆਪਣੇ ਕੋਲ ਆਨਸਰ ਆ ਰਿਹਾ ਹੈ 1 ਆਫ ਦਾ ਫੋਲੋਇੰਗ ਆਬਜੈਕਟਿਵ ਪ੍ਰੀਅੰਬਲ ਦੇ ਵਿੱਚ ਮੈਂਸ਼ਨਡ ਨਹੀਂ ਹੈ ਇਹ ਹੈ ਆਪਣੀ ਇਕਨੋਮਿਕ ਲਿਬਰਟੀ ਇਕਨੋਮਿਕ ਲਿਬਰਟੀ ਮਤਲਬ ਰਿਚ ਐਂਡ ਪੂਰ ਦੇ ਵਿੱਚ ਜਿਹੜੀ ਆ ਡਿਸਟਿੰਕਸ਼ਨ ਹੈ ਉਹਨੂੰ ਪ੍ਰੀਵੈਂਟ ਕੀਤਾ ਜਾਏਗਾ ਤੇ ਹਰ ਇੱਕ ਨੂੰ ਇਕਨੋਮਿਕਲੀ ਲਿਬਰਟੀ ਦਿੱਤੀ ਜਾਏਗੀ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਆ ਸਕੋ ਇਹ ਪ੍ਰੀਅੰਬਲ ਜਿਹੜਾ ਹੈ ਇਹਨੂੰ ਜਸਟੀਫਾਈ ਨਹੀਂ ਕਰਦਾ ਠੀਕ ਹੈ origional ਜੂਰਿਸਡਿਕਸ਼ਨ ਦਾ ਆਪਣੇ ਕੋਲ ਆਰਟੀਕਲ ਹੈ 131 ਗੁੱਡ ਵੀਰ ਕਰਨ ਸ਼ਾਬਾਸ਼ ਨੈਕਸਟ ਕੁਐਸਚਨ ਦੇਖੋ

ये जी वोटिंग एज जीडी है इनू रिड्यूस किया गया सी अमेंडमेंट के अंडर बहुत इंपोर्टेंट क्वेश्चन है स्पैशली पी ट्रिपल एस बी ए काफ़ी बार पूछ चुकी है तो डेफिनेटली बाय डिफॉल्ट जो भी क्लास लगाने पोटेंशियल क्वेश्चन के नाल, नाल प्रीवियस ईयर क्वेश्चन भी अपने सोल्व हो जाते हैं हाई खुशी हैलो जी की हाल चाल ने अपने सो करैक्ट आंसर अपने को वन सिक्सटी फसट अमेंडमेंट के अंडर जूड्यूस किया गया है 61, 21 ਤੋਂ 18 ਸਾਲ ਠੀਕ ਹੈ ਸੋ ਆਪਣੇ ਕੋਲ ਇੱਕ ਟੈਕਨੀਕਲ ਗਲਿਚ ਕਰਕੇ ਸਾਰਿਆਂ ਨੇ ਬੜੀ ਜ਼ਬਰਦਸਤ ਪੇਸ਼ੈਂਸ ਜਿਹੜੀ ਉਹਨੂੰ ਸ਼ੋ ਕੀਤਾ ਹੈ ਰਾਈਟ ਸੋ ਇਟ ਟੈਕਨੀਕਲ ਇਸ਼ੂਸ ਆਪਣੇ ਹੱਥ ਦੇ ਵਿੱਚ ਨਹੀਂ ਹੁੰਦੇ ਹੈਨਾ ਕਿ ਤੁਹਾਡਾ ਇੰਟਰਨੈਟ ਜਿਹੜਾ ਹੈ ਉਹਦੀ ਦਿੱਕਤ ਕਰੇ ਤੁਹਾਡਾ ਕਨੈਕਸ਼ਨ ਜਿਹੜਾ ਹੈ ਉਹਦੀ ਦਿੱਕਤ ਕਰੇ ਬਟ ਸਟਿਲ ਆਪਾਂ ਬੈਸਟ ਜਿਹੜਾ ਹੈ ਉਹ ਦੇ ਸਕਦੇ ਹਾਂ ਠੀਕ ਹੈ 50 ਸੈਕਿੰਡ ਰਿਲੇਟਿਡ ਹੈ ਆਪਣਾ ਐਂਟੀ ਡਿਫੈਕਸ਼ਨ ਤੋਂ ਐਬਸੋਲੂਟਲੀ ਚੇਅਰਮੈਨ ਆਫ ਪਬਲਿਕ ਸੈਕਟਰ ਬੈਂਕਸ ਜਿਹੜੇ ਹੈ ਬੜਾ ਈਜ਼ੀ ਸਵਾਲ ਹੈ

बीबीबी बैंक बोर्ड है ठीक है सो so, ये हो गया थी नाइनटीन एटी नाइन्थ टाइम तक गवर्नमेंट ऑफ राजीव गांधी खुशी मैं भी बहुत बढ़िया सब बढ़िया एक्सेप्ट अपनी यह है जोड़ी थोड़ी बफरिंग का चक्कर रहा है ठीक है <laughs> बाकी सब तो ठीक है <clears throat> चलिए जी कोई कमोडिटी जड़ी है सरकार द्वारा ऑपरचुनिटी कॉस्ट एंड प्लस ऑपरचुनिटी कॉस्ट एंड प्लस थोड़ी इंफॉर्मेशन ली ए प्रीवियस ईयर क्वेश्चन भी है ठीक है uh, नेक्स्ट सवाल थे आई होप हूँ अपने को एक्सीलेंट कनेक्शन आ गया है तो हूँ कोई दिक्कत जी है वो नहीं आएगी बहुत ਚਲੋ ਸੋ ਅ ਨੈਕਸਟ ਕੁਐਸਚਨ ਤੇ ਚਲਦੇ ਹਾਂ ਇਹ ਸੀਗਾ ਜੀ ਪ੍ਰੀਵੀਅਸ ਇਅਰ ਕੁਐਸਚਨ ਸੋ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਬਾਈ ਡੀਫਾਲਟ ਆਪਾਂ ਪੋਟੈਂਸ਼ੀਅਲ ਕੁਐਸਚਨ ਤੇ ਪ੍ਰੀਵੀਅਸ ਇਅਰ ਕੁਐਸਚਨ ਜਿਹੜੇ ਹੈ ਦੋਨੋਂ ਸੋਲਵ ਕਰਦੇ ਹਾਂ ਮੌਕ ਟੈਸਟ ਦੇ ਵਿੱਚ ਸੋ ਲੈਟਸ ਜਸਟ ਕੰਟੀਨਿਊ ਆਈ ਹੋਪ ਹਰ ਕਨੈਕਸ਼ਨ ਜਿਹੜਾ ਹੈ ਓਕੇ ਹੈ ਕੋਈ ਦਿੱਕਤ ਨਹੀਂ ਹੈ ਹੈਨਾ ਸੋ ਸਾਰਿਆਂ ਨੇ ਬਹੁਤ ਪੇਸ਼ੈਂਸ ਦੇ ਨਾਲ ਸੈਸ਼ਨ ਜਿਹੜਾ ਹੈ ਉਹਨੂੰ ਕੰਟੀਨਿਊ ਕੀਤਾ ਹੈ ਗੁੱਡ ਈਵਨਿੰਗ ਵੀਆਈਪੀ ਸਾਹਿਬ ਵੈਰੀ ਗੁੱਡ ਈਵਨਿੰਗ ਸੋ ਨੈਕਸਟ ਸਵਾਲ ਆਪਣੇ ਕੋਲ ਕੀ ਆ ਰਿਹਾ ਹੈ डपाइड बींग हाई सेविंग इकोनमी कैपीटल फॉरमेन के नाल आउटपुट जी है हो सकता है वह नहीं बद रही वो कह रहे हैं कि इस आउटपुट ना बदल का जो अपने कोण है जी बेसिकली कारण हो सकता है वीक एडमिनिस्ट्रेटिव मशीनरी इलिटरेसी हाई पॉपुलेशन डेंसिटी या फिर हाई कैपिटल आउटपुट रेशियो कैपिटल आउटपुट रेशियो जी है ज़्यादा हो सकती है ठीक है आई होप हूँ कोई दिक्कत नहीं है ਹਾਂ ਇਹ ਸਦਾ ਸਹੀ ਗੱਲ ਹੈ ਨੈਟ ਜਿਹੜਾ ਹੈ ਉਹ ਡੈਫੀਨਿਟਲੀ ਗੁਸਾ ਕਰ ਹੀ ਗਿਆ ਹੈ ਆਨਸਰ ਹੈ ਹਾਈ ਕੈਪੀਟਲ ਆਉਟਪੁੱਟ ਰੇਸ਼ੋ ਯਾਨੀ ਕਿ ਆਪਾਂ ਕੈਪੀਟਲ ਦੇ ਵਿੱਚ ਇਨਪੁੱਟ ਜਿਹੜਾ ਹੈ ਉਹਨੂੰ ਜ਼ਿਆਦਾ ਦੇ ਰਹੇ ਹਾਂ ਲੇਕਿਨ ਆਉਟਪੁੱਟ ਜਿਹੜੀ ਹੈ ਉਹ ਸਾਨੂੰ ਘੱਟ ਮਿਲ ਰਹੀ ਹੈ ਸੋ ਇਹਦੇ ਕਰਕੇ ਇਕਨੋਮੀ ਹਾਈਲੀ ਸੇਵਿੰਗ ਹੋ ਸਕਦੀ ਹੈ ਲੇਕਿਨ ਇਹ ਹੋ ਸਕਦਾ ਹੈ ਕਿ ਉਸ ਹਾਈਲੀ ਸੇਵਿੰਗ ਇਕਨੋਮੀ ਦਾ ਜਿਹੜਾ ਰਿਟਰਨ ਹੈ ਉਹ ਸਾਨੂੰ ਨਹੀਂ ਮਿਲ ਰਿਹਾ ਠੀਕ ਹੈ ਗੁੱਡ ਈਵਨਿੰਗ ਰਸ਼ੀਦ ਜੀ ਗੁੱਡ ਨੈਕਸਟ ਸਵਾਲ ਦੇਖੋ ਜੈਤੋ ਮੋਰਚਾ ਕਿਹਦੇ ਨਾਲ ਰਿਲੇਟਡ ਸੀ ਫੋਰ ਗੈਟਿੰਗ ਸਿੱਖ ਗੁਰਦੁਆਰਾ ਐਕਟ 1925 ਨੂੰ ਪਾਸ ਕਰਨ ਵਾਸਤੇ ਮਹਾਰਾਜਾ ਰਿਪੂਦਮਨ ਸਿੰਘ ਨਾਬਾ ਨੂੰ ਥਰੋਨ ਦੇ ਉੱਤੇ ਰੀਸਟੋਰ ਕਰਵਾਉਣ ਲਈ ਗੱਦੀ ਦੇ ਉੱਤੇ ਦੈਨ ਆਪਣੇ ਕੋਲ ਆ ਰਿਹਾ ਹੈ ਸਿੱਖ ਕੱਟ ਟਿੰਬਰ ਸਿੱਖ ਨੂੰ ਅਲਾਉ ਕਰਨਾ ਕਿ ਉਹ ਟਿੰਬਰ ਜਿਹੜਾ ਹੈ ਉਹਨੂੰ ਕੱਟ ਉਹਦੀ ਕਟਾਈ ਜਿਹੜੀ ਹੈ ਕਰ ਸਕਣ ਗੁਰੂ ਦੇ ਲੰਗਰ ਲਈ ਦੈਨ ਆਪਣੇ ਕੋਲ ਆ ਰਿਹਾ ਹੈ ਫੋਰ ਲੈਟਿੰਗ ਦ ਪੀਪਲ ਪ੍ਰੇ ਇਨ ਦਾ ਗੁਰਦੁਆਰਾ ਗੰਗਸਰ ਆਫ ਜੈਤੋ ਕਿ ਉਹ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਅ ਪ੍ਰੇ ਕਰ ਸਕਣ ਠੀਕ ਹੈ ਸੋ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਕਰੈਕਟ ਹੈ ਅਬਾਊਟ ਦ ਜੈਤੋ ਮੋਰਚਾ ਆਨਸਰ ਹੈ ਬੀ ਮਹਾਰਾਜਾ ਰਿਪੂ ਦਮਨ ਸਿੰਘ ਆਫ ਨਾਬਾਨੂ ਰੀਸਟੋਰ ਕਰਾਉਣ ਲਈ ਜਿਹੜੀ ਹੈ ਇਹ ਕੀਤੀ ਗਈ ਸੀਗੀ ਜੈਤੋ ਮੋਰਚਾ ਜਿਹੜਾ ਹੈ ਉਹਨੂੰ ਕੰਡਕਟ ਜਿਹੜਾ ਹੈ ਕਰਵਾਇਆ ਗਿਆ ਸੀ ਫਾਈਨ ਥੋੜੀ ਜੀ ਸਪੀਡ ਚੱਕਾਂਗੇ ਅਗਲਾ ਸਵਾਲ ਦੇਖੋ ਸਿੱਖ ਮਿਸਲਾਂ ਸਿੱਖ ਇਤਿਹਾਸ ਦੇ ਵਿੱਚ ਟੋਟਲ ਆਪਣੇ ਕੋਲ ਕਿੰਨੀਆਂ ਹੋਈਆਂ ਹੈ 11 12 13 ਤੇ ਲਾਸਟ ਆਪਣੇ ਕੋਲ ਆ ਰਿਹਾ ਹੈ 14 ਸੋ ਸਿੱਖ ਮਿਸਲ ਜਿਹੜੀ ਹੈ ਉਹਨਾਂ ਨੂੰ ਯੂਨਾਈਟ ਕਰਵਾਉਣ ਦਾ ਕੰਮ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਹੈਨਾ ਕਿਸੇ ਦੇ ਨਾਲ ਪੱਗ ਐਕਸਚੇਂਜ ਕਰਕੇ ਤੇ ਕਿਸੇ ਜਗ੍ਹਾ ਮੈਟ੍ਰਿਮੋਨੀਅਲ ਅਲਾਈਐਂਸ ਜਿਹੜੇ ਹੈ ਉਹਨੂੰ ਬਣਾ ਕੇ ਹੈਨਾ ਸੋ ਗੁਰਜੀਤ ਸਿੰਘ ਜੀ ਨੇ ਮੈਨੂੰ ਪੁੱਛਿਆ ਸੀਗਾ ਕਿ ਮੈਡਮ ਤੁਸੀਂ ਬਿਮਾਰ ਹੋ ਮੈਂ ਬਿਮਾਰ ਨਹੀਂ ਐ نیٹ ਡੈਫੀਨਿਟਲੀ ਜ਼ਰੂਰ ਬਿਮਾਰ ਹੈ ਹੈਨਾ ਲੇਕਿਨ ਆਪਾਂ ਹੁਣ ਲੱਗ ਰਿਹਾ ਹੈ ਕਿ ਇਹਨੂੰ ਵੀ

स्काई रूट एरोस्पेस भी इस्टेब्लिश कर जा रही है महाराष्ट्र तमिलनाडु गुजरात एंड लास्ट आपने को ला रहे हैं तेलंगाना चलिए हाँ ओके हाँ चलो नहीं नहीं आंसर है अपने को डी तेलंगाना ठीक है करंट अफेयर्स पे कुछ क्वेश्चंस रहेंगे कीप लर्निंग ਠੀਕ ਹੈ ਜੇ ਕਿਸੇ ਦੀ ਕੋਈ ਗਲਤੀ ਹੋ ਰਹੀ ਹੈ ਕਿਹੜੀ ਸਿਟੀ G20 ਦੇ ਫਾਈਨੈਂਸ ਮਿਨਿਸਟਰ ਜਿਹੜੇ ਹੈ ਉਹਨਾਂ ਦੀ ਮੀਟਿੰਗ ਨੂੰ ਹੋਸਟ ਕਰੇਗੀ ਸੈਂਟਰਲ ਬੈਂਕ ਗਵਰਨਰ ਫ फेब्रुवारी ਦੇ ਵਿੱਚ 2023 ਫੈਬ 2023 ਦੇ ਵਿੱਚ G20 ਦੇ ਕੰਟਰੀਜ਼ ਦੇ ਫਾਈਨੈਂਸ ਮਿਨਿਸਟਰਸ ਤੇ ਸੈਂਟਰਲ ਬੈਂਕ ਦੇ ਗਵਰਨਰਸ ਦੀ ਮੀਟਿੰਗ ਜਿਹੜੀ ਹੈ ਉਹ ਹੋਸਟ ਕੀਤੀ ਜਾਏਗੀ ਬੈਂਗਲੌਰ ਦੇ ਵਿੱਚ ਫਾਈਨ ਚੱਲਾ ਨੈਕਸਟ ਸਵਾਲ ਤੇ 올 ਰਾਈਟ

ਵਿਚ ਆਫ ਦਾ ਫੋਲੋਇੰਗ ਸਟੇਟ ਨੇ ਹਰ ਘਰ ਗੰਗਾਜਲ ਪ੍ਰੋਜੈਕਟ ਨੂੰ ਰੀਸੈਂਟਲੀ ਲਾਂਚ ਕੀਤਾ ਹੈ ਯੂਪੀ ਗੁਜਰਾਤ ਰਾਜਸਥਾਨ ਐਂਡ ਬਿਹਾਰ ਅੱਛਾ 615 ਡੈਫੀਨਿਟਲੀ ਸਾਰਿਆਂ ਨੇ ਮਿਲਣਾ ਹੈ ਮੈਨੂੰ ਠੀਕ ਹੈ ਵੀਕਲੀ ਕਰੰਟ ਅਫੇਅਰਸ ਸੋਲਵ ਕਰਨ ਲਈ ਪੁੱਲਾ ਨਹੀਂ ਹੈ ਤੇ ਮੰਡੇ ਤੋਂ ਆਪਣੀ ਕਲਾਸਿਸ ਜਿਹੜੀਆਂ ਹੈ ਪੰਜਾਬ ਪੁਲਿਸ ਦੀ ਆਨਲਾਈਨ ਆਫਲਾਈਨ ਕਲਾਸਿਸ ਜਿਹੜੀਆਂ ਹੈ ਉਹ ਸਟਾਰਟ ਹੋ ਰਹੀਆਂ ਨੇ ਸੋ ਬੀ ਪ੍ਰੈਸੈਂਟ ਪੰਜਾਬ ਪੁਲਿਸ ਦੇ ਬੈਚਸ ਦੇ ਲਈ ਠੀਕ ਹੈ ਆਨਸਰ ਹੈ ਆਪਣੇ ਕੋਲ ਡੀ ਬਿਹਾਰ ਕਿਸ ਨੂੰ ਇਹਦੀ ਇਨਫੋਰਮੇਸ਼ਨ ਚਾਹੀਦੀ ਹੈ ਪੰਜਾਬ ਪੁਲਿਸ ਦੇ ਬੈਚਸ ਦੀ ਸਬ ਇੰਸਪੈਕਟਰ ਕਨਸਟੇਬਲ ਦੀ ਤਾਂ ਡੈਫੀਨਿਟਲੀ ਸਾਨੂੰ ਕਾਲ ਕਰਨ ਠੀਕ ਹੈ ਆ ਟੀਮ ਤੁਹਾਨੂੰ ਅਸਿਸਟ ਕਰ ਦੇਗੀ ਅਫੀਸ਼ੀਅਲ ਨੰਬਰ ਜਿਹੜੇ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੈ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਖੋਲੋ ਐਂਡ ਰੀਚ ਆਊਟ ਉਸ ਕੋਈ ਵੀ ਡਾਊਟ ਹੋਵੇ ਠੀਕ ਹੈ 14th ਐਡੀਸ਼ਨ ਆਫ 에어로ਸਪੇਸ ਇੰਡੀਆ ਜਿਹੜਾ ਹੈ ਕਿਹੜੀ ਸਿਟੀ ਦੇ ਵਿੱਚ ਹੋਏਗਾ ਬੈਂਗਲੌਰ ਨਿਊ ਡੈਲੀ ਹਾਈਦਰਾਬਾਦ ਐਂਡ ਅਹਮਦਾਬਾਦ 14th ਐਡੀਸ਼ਨ ਆਫ 에రో ਇੰਡੀਆ बैंगलोर फाइन ओके अगला सवाल देखो हु हैज एडिशन ग्लोबल टेक्नोलॉजी समिट का जो नवी दिल्ली रिसेंटली रीसेंटली एड्रेस किता है uh, नरेंद्र मोदी राजनाथ सिंह दिन अपने को आ रहा है अमित शाह एंड देन अपने को आ रहा है एस जयशंकर गो ऑन चलिए व्हाट इज द करेक्ट आंसर जल्दी जल्दी सारे जाने आंसर्स देंगे राइट गो ऑन गो ऑन की है अपने को सही जवाब इट इज डी एस जयशंकर फाइन ओके okay. अगला सवाल देखो विच ऑफ द फॉलोइंग स्टेट पहली स्टेट बनी है नॉर्थ ईस्ट दी जिन्हें फर्स्ट एवर मेंटल हेल्थ एंड सोशल केयर पॉलिसी जड़ी है ओनू स्टार्ट किया है ऑप्शन देखो त्रिपुरा सिक्किम आसाम एंड मेघालय देखो फर्स्ट ऑफ स्टेट वेरी इंपॉर्टेंट है सो मेंटल हेल्थ की पॉलिसी सोशल केयर की पॉलिसी पहली बार जड़ी है कि स्टेट ने स्टार्ट की है आंसर अपने को आ रहा है मेघालय फाइन अगला सवाल देखो

जिनु असि रिलीजियस रिफॉर्म एसोसिएशन भी कहने हां ए किस साल दे विच फाउंड कीती गई है 1829 1851 1879 या 1861 आंसर है 1851 बेसिक क्वेश्चंस ठीक है नेक्स्ट सवाल तो चलना किसी नु कोई डाउट नहीं है फाइन अगला सवाल देखो आपने को किया रहा है करेक्टली मैच रिपेयर दसना है बंगाल रेगुलेशन एक्ट बैनिंग सती 1830 शारदा एक्ट 1939 स्पेशल मैरिज एक्ट 1955 एक्ट सक्सेशन एक्ट फाइव है 1956 जीन फिफ्टी रिलेटेड है सो करेक्टली मैरिज रिपेयर एक ही है हिंदू सक्सेशन एक्ट 1956 फिफ्टी बाकी सारे अगर एक्ट्स पता है डेफिनेटली फटाफट लाइव सैशन दस दौ ये तो वालों आने चाहिए फॉलोविंग स्टेटमेंट करेक्ट है ਸਿੰਘ ਸਭਾ ਮੂਵਮੈਂਟ ਦੇ ਨਾਲ ਰਿਲੇਟਡ ਇਹਦਾ ਏਮ ਹੈ ਮਾਡਰਨ ਵੈਸਟਰਨ এডੂਕੇਸ਼ਨ ਸਿੱਖਾਂ ਲਈ ਇਹ ਹਿੰਦੂ ਰਿਵਾਈਵਲਿਸਟ ਨੂੰ ਜਿਹੜਾ ਹੈ ਕਾਊਂਟਰ ਕਰਨ ਲਈ ਬਣਾਈ ਗਈ ਸੀ ਜੋ ਰਿਵਾਈਵਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਦੈਨ ਅਕਾਲੀ ਮੂਵਮੈਂਟ ਜਿਹੜੀ ਹੈ ਉਹ ਮੇਨ ਰੀਜ਼ਨ ਜਿਹੜਾ ਹੈ ਬਣੀ ਸੀਗੀ ਅ ਅਕਾਲੀ ਮੂਵਮੈਂਟ ਆਫ ਮੂਵਮੈਂਟ ਆਫ ਸ਼ੂਟ ਹੀ ਇਹਦੇ ਕਾਰਨ ਹੋਈ ਸੀ ਡੈਫੀਨਿਟਲੀ ਆਨਸਰ ਡੀ ਹੈ ਸਾਰੀ ਹੀ ਸਟੇਟਮੈਂਟ ਜਿਹੜੀਆਂ ਹੈ ਸਿੰਘ ਸਭਾ ਬਾਰੇ ਸਹੀ ਹੈ ਫਾਈਨ ਹੋ ਗਈ ਜੀ ਕਹਾਣੀ ਚਲੋ अगले क्वेश्चन पे चल रहे हैं हां वो अमंग द फॉलोइंग मुक्ति मिशन पुणे में किसने एस्टैब्लिश कीता पंडिता रामाबाई स्वामी दयानंद सरस्वती सावित्रीबाई फूले एंड ज्योतिबा राव फूले गो ऑन की आंसर आ रहा है जी अपने को एनीवन जो सही जवाब देना चाहेगा ठीक है <clears throat> ओके okay. अपने को आंसर आ रहा है ए पंडिता रामाबाई पॉपुलरली गया है ज्योतिबा फूले पंडित ईश्वर चंद्र विद्यासागर गोपाल हरि देशमुख एंड दे. uh, राधे लेट्स जस्ट वेट कोई अपडेट आए तो आप देखिए इट इज गोपाल हरि देशमुख यंग बंगाल मूवमेंट कौन रेडिकल एसोसिएटेड है बहुत सौखा क्वेश्चन आंसर है ए डेरोजियो ठीक है जी चलिए नेक्स्ट सवाल थे ओके अगला क्वेश्चन देखो हु अमंग द फॉलोइंग ने तत्व बोधिनी सभा 1839 दी जड़ी है ओनु एस्टैब्लिश कीता हेलो गगन जी सत श्री अकाल तत्व बोधिनी सभा एस्टैब्लिश कीती गई सी बाय देवेंद्र नाथ टैगोर इजी क्वेश्चन हॉर्नबिल फेस्टिवल 2022 नागा हेरिटेज विलेज आ, किसामा ਨਾਗaland ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ ਸੋ ਇਹ ਇਹਦਾ ਕਿੰਵਾਂ ਐਡੀਸ਼ਨ ਸੀ ਆਨਸਰ ਆਪਣੇ ਕੋਲ ਆ ਰਿਹਾ ਹੈ 23rd ਐਡੀਸ਼ਨ ਸੀ ਬੜੇ ਬੇਸਿਕ ਕੁਐਸਚਨਸ ਹੈ ਠੀਕ ਹੈ ਸੋ ਇਹਨਾਂ ਦੇ ਵਿੱਚ ਗੜਬੜ ਨਹੀਂ ਕਰਨੀ ਇੰਟਰਨੈਸ਼ਨਲ ਲੂਸੋਫੋਨ ਫੈਸਟੀਵਲ ਇਜ਼ ਬੀਂਗ ਹੈਲਡ 3 ਤੋਂ 6 ਦਸੰਬਰ ਕਿਹੜੀ ਸਟੇਟ ਦੇ ਵਿੱਚ ਆਨਸਰ ਹੈ ਆਪਣੇ ਕੋਲ ਸੀ ਗੋਆ ਠੀਕ ਹੈ ਸੈਸ਼ਨ ਤੇ ਲਾਈਕ ਦਾ ਬਟਨ ਡੈਫੀਨੇਟਲੀ ਦਬ ਦਿਓ ਤੇ ਸੈਸ਼ਨ ਨੂੰ ਸ਼ੇਅਰ ਵੀ ਜ਼ਰੂਰ ਕਰੋ ताकि इदा द्लास जो आदियाँ वर्ड ऑफ द ईयर मेरीअम डिक्शनरी दो हज़ार बई ने किलेयर किया है होमर पमाक्राइसिस एंड लॉकडाउन सो एक क्वेश्चन आंधा होएगा दो तीन डिक्शनरीज ने डिफरेंट डिफरेंट वर्ड्स डिकलेयर किए हैं पर्माक्राइसिस भी वर्ड ऑफ द ईयर है लेकिन एक डिफरेंट डिक्शनरी ने किया है ठीक कि है ओपनिंग सैरेमनी इंटरनेशनल ईयर ऑफ मिलट दो हज़ार तेई की है क्वेश्चन बड़ा इंपोर्टेंट है कि दो साल तेईस ईयर डिकलेयर किया गया है ईयर किनू डिकलेयर किया गया है अगेन so, बहुत सिंपल ईजी क्वेश्चन है ये सारे क्वेश्चन जो करंटेस्ट पूछे जाते हैं इट इज वोल्डमर जेल दो हजार गूगल एप के जी एफ चैप्टर टू आई पी एल नुपुर शर्मा कोई आइडिया भी नहीं है जनवरी uh, के महीने उम्मीद तो कर सकते हाँ इट इज आई पी एल ठीक है सो आर्टिकल सुप्रीम कोर्ट दलरी पावर रिलेटड है आर्टिकल वन थर्ट वन फोटी वन फोर्टी थ्री एंड वन फिफ्टी थ्री सो एने पावर एक सौ चाली आर्टल जरा है दैट इज़ रिलेट सो दैट इज इट फॉर द क्लास क्लास में डेफिनेटली डेट करना ना भूलना सारे जाने ठीक है मंडे तो अपनी क्लास स्टार्ट हो रही हैं पंजाब पुलिस की ऑनलाइन एज वैल एज ऑफलाइन सो एद कोड जो यूज करना है एल पी निकता ऑनलाइन क्लासिस उत्ते थर्टी परसेंट डिस्काउंट है सो so फाइव थाउसेंड प्राइस है ऑनलाइन क्लासि का थर्टी परसेंट डिस्काउंट करके पंद्रह सौ जो है डिस्काउंट तो मिल जाएगा ऑफलाइन क्लासि लुधियाने लगनगियाँ टेन थााउसेंड उस उत्ते भी थर्टी परसेंट ऑफ है जो भी स्टडी मटीरियल होएगा वो सारा थोवाइड किया जाएगा फ्रॉम लॉजपैट आपको मिलते हाँ सिक्स फिफ्टीन के आसपास वीकली करंट अफेयर जो है सॉल्व करना है ठीक है मेक श्योर कि सैशन के जुड़ते हो थैंक यू फॉर द फीडबैक एंड शेयर करते हूँ उस सैशन ठीक है जी सी यू ऑल कीप स्टडिंग